ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਡੇ ਨਾਲ ਸਰ ਗੁਰਿੰਦਰ ਕਲਸੀ ਹੋਰਾਂ ਦੀ ਕਿਤਾਬ ਸਿਲਤਾਂ ਵਿੱਚੋਂ ਦੋ ਰਚਨਾਵਾਂ ਸਾਂਝੀਆਂ ਕਰਨ ਜਾ ਰਹੀ ਹਾਂ। ਪਹਿਲੀ ਹੈ ਅਸੀਂ ਹੀ ਸਿਖਾਉਂਦੇ ਹਾਂ। ਅਸੀਂ ਹੀ ਸਿਖਾਉਂਦੇ ਹਾਂ ਉਸਨੂੰ ਕਿ ਤੂੰ ਹੈ ਕਮਜ਼ੋਰ, ਕਿ ਇਹ ਤੇਰਾ ਘਰ ਨਹੀਂ, ਤੇਰਾ ਘਰ ਹੈ ਕੋਈ ਹੋਰ। ਅਸੀਂ ਹੀ ਸਿਖਾਉਂਦੇ ਹਾਂ ਉਸਨੂੰ ਕਿ ਨੀਵੀਂ ਹੋ ਕੇ ਰਹਿਣਾ, ਸਹਿ ਜਾਣਾ ਹੈ ਸਭ ਕੁਝ, ਬਸ ਚੁੱਪ ਚਾਪ ਹੀ ਰਹਿਣਾ। ਅਸੀਂ ਹੀ ਸਿਖਾਉਂਦੇ ਹਾਂ ਉਸਨੂੰ ਕਿ ਨਜ਼ਰ ਕਿਵੇਂ ਝੁਕਾਉਣੀ, ਪੀੜ੍ਹੀ ਦਰ ਪੀੜ੍ਹੀ ਜ਼ੁਲਮ ਸਹਿਣ ਦੀ ਆਦਤ ਕਿਵੇਂ ਬਣਾਉਣੀ। ਅਸੀਂ ਹੀ ਸਿਖਾਉਂਦੇ ਹਾਂ ਉਸਨੂੰ ਕਿ ਕੰਮ ਕਰਦਿਆਂ ਮਸ਼ੀਨ ਕਿਵੇਂ ਬਣ ਜਾਣਾ, ਖੁਸ਼ ਰੱਖਣਾ ਹੈ ਹਰ ਇੱਕ ਨੂੰ, ਹਰ ਹੰਝੂ ਕਿਵੇਂ ਛੁਪਾਉਣਾ। ਅਸੀਂ ਹੀ ਸਿਖਾਉਂਦੇ ਹਾਂ ਉਸਨੂੰ ਕਿ ਗੁਲਾਮੀ ਨੂੰ ਕੁਰਬਾਨੀ ਕਿਵੇਂ ਦਰਸਾਉਣਾ, ਵੱਡੇ ਵੱਡੇ ਲਫ਼ਜ਼ਾਂ ਦੇ ਥੱਲੇ ਖੁਦ ਨੂੰ ਕਿਵੇਂ ਦਫਨਾਉਣਾ। ਅਗਲੀ ਕਵਿਤਾ ਹੈ ਅਣਖ ਦੀ ਕਿਤਾਬ ਦਾ ਪਹਿਲਾ ਪਾਠ। ਠੁਕਰਾ ਦਿੱਤੀ ਖੈਰਾਤ 'ਚ ਮਿਲਣ ਵਾਲੀ ਕੁਰਸੀ, ਛੱਡ ਦਿੱਤੀ ਆਦਤ ਹਰ ਸਮੇਂ ਗਿੜਗਿੜਾਉਣ ਦੀ, ਮੋੜ ਦਿੱਤੇ ਸਨਮਾਨ 'ਚ ਮਿਲਣ ਵਾਲੇ ਫੁੱਲ, ਪਹਿਚਾਣ ਲਈ ਸੁਗੰਧੀਆਂ 'ਚ ਮਿਲੀ ਦੁਰਗੰਧ। ਨਾ ਪੋਹ ਸਕੇ ਹੁਣ ਸਿੱਕਿਆਂ ਦੀ ਖਣਕਾਰ, ਨਾ ਡਰਾ ਸਕੇ ਕਿਸੇ ਜ਼ਾਲਮ ਦੀ ਤਲਵਾਰ, ਭੁਲਾ ਦਿੱਤੀ ਭਵਿੱਖ 'ਚ ਮਿਲਣ ਵਾਲੀ ਸ਼ੋਹਰਤ, ਪਾਲ ਲਈ ਬਸ ਛੁਪੇ ਰਹਿਣ ਦੀ ਚਾਹ। ਹੁਣ ਕਰ ਦਿੰਦੇ ਹਾਂ ਬਸ ਦੂਰੋਂ ਹੀ ਸਲਾਮ, ਪਹਿਚਾਣ ਲਏ ਦੋਸਤੀਆਂ ਦੇ ਦਸਤਾਨਿਆਂ 'ਚ ਛੁਪੇ ਮੱਕਾਰ ਹੱਥ, ਛੱਡ ਦਿੱਤਾ ਗੁਲਾਮੀ ਵੱਲ ਜਾਂਦਾ ਰਸਤਾ, ਪੜ੍ਹ ਲਿਆ ਅਣਖ ਦੀ ਕਿਤਾਬ ਦਾ ਪਹਿਲਾ ਪਾਠ। ਧੰਨਵਾਦ ਜੀ।